ਵਧੀਆ ਚੰਗੀ ਤਰ੍ਹਾਂ ਜੜਾ ਕੇ ਦੇਖਾਂਗੇ। ਚੱਲ ਜਾਂਦੇ 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 ਜਾਂ ਓਏ ਚੱਲ 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 ਓਏ ਯਾਰ ਕੀ ਆ ਓਏ ਆਪਣਾ ਜਾਉ ਚੱਲ ਓਏ ਉਹ ਪਾੜਦਾ ਪਤੰਗ। ਲਾਸਟ ਵਲੌਗ ਦੇ ਵਿੱਚ ਆਪਾਂ ਇਹ ਮਾਂਝਾ ਖੋਲਿਆ ਸੀ। ਇਹ ਮਾਂਝਾ ਕਿਹੜਾ ਵਾ? ਸੁਲਤਾਨ ਦਾ, ਸੁਲਤਾਨ ਕਲਾਕਾਰ ਦਾ ਨੌ ਤਾਰ ਮਾਂਝਾ ਸੀ। ਅਤੇ ਉਹ ਵੀਡੀਓ ਨੂੰ ਤੁਸੀਂ ਵਧੀਆ ਪਿਆਰ ਦਿੱਤਾ। ਮੈਂ 2000 ਲਾਈਕ ਕੰਪਲੀਟ ਕਰਨ ਨੂੰ ਗਏ ਸੀ, 2000 ਲਾਈਕ ਕੱਲ੍ਹ ਕੱਲ੍ਹ 'ਚ ਹੀ ਕੰਪਲੀਟ ਹੋ ਗਏ, ਤਾਂ ਕਰਕੇ ਫਿਰ ਮੈਂ ਅੱਜ ਤੁਹਾਡੇ ਲਈ ਇਹਦਾ ਆਪਾਂ ਟੈਸਟਿੰਗ ਲੈ ਕੇ ਆਏ ਹਾਂ। ਤੁਹਾਨੂੰ ਕਿਹਾ ਸੀ 2000 ਲਾਈਕ ਕਰ ਦਿਉ, ਇਹਦੀ ਆਪਾਂ ਟੈਸਟਿੰਗ ਕਰਾਂਗੇ। ਮਤਲਬ ਇਹਨਾਂ ਨੂੰ ਪਤੰਗ ਉਡਾ ਕੇ ਦੇਖਾਂਗੇ ਵੀ ਇਹ ਕਿੱਦਾਂ ਦਾ ਮਾਂਝਾ ਹੈ ਨਾ। ਇੱਕ ਪਤੰਗ ਵੈਸੇ ਆਪਾਂ ਕੱਲ੍ਹ ਵੀ ਉਡਾਇਆ ਸੀ, ਉਹ ਮਤਲਬ ਮਜ਼ਾ ਆ ਗਿਆ ਸੀ ਉਡਾ ਕੇ, ਪਤਾ ਹੀ ਨਹੀਂ ਲੱਗਿਆ ਉਹਨੇ ਕਿਵੇਂ ਕੱਟਦਾ ਹੈ ਨਾ ਦੂਜਾ। ਅਤੇ ਅੱਜ ਆਪਾਂ ਇਹਦੀ ਪ੍ਰੋਪਰ ਟੈਸਟਿੰਗ ਲੈ ਕੇ ਆਏ ਹਾਂ। ਪ੍ਰੋਪਰ ਮਤਲਬ ਕਿ ਇਹਨਾਂ ਵਧੀਆ ਚੰਗੀ ਤਰ੍ਹਾਂ ਜੜਾ ਕੇ ਦੇਖਾਂਗੇ ਕਿੱਦਾਂ ਇਹ ਪਰਫੋਰਮ ਕਰਦਾ। ਜ਼ਰੂਰੀ ਨਹੀਂ ਹੁੰਦਾ ਵੀ ਚਾਈਨੀਜ਼ ਨਾਲ ਹੀ ਵੱਢੇ ਜਾਂਦੇ ਆ, ਇਹ ਜਿਹੜਾ ਮਾਂਝਾ ਨਾ ਬਹੁਤ ਵਧੀਆ ਮਾਂਝਾ। ਇਹਦਾ ਰੇਟ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ, ਇਸ 'ਚ ਫਿਰ ਦੱਸ ਦਿੰਦਾ 2400 ਰੁਪਏ ਦਾ ਰੇਟ ਆ 4 ਰੀਲ ਦਾ। ਅਤੇ ਇਹ ਚਾਈਨੀਜ਼ ਨਾਲੋਂ ਵਧੀਆ ਪਰਫੋਰਮ ਕਰਦਾ, ਅੱਜ ਤੁਹਾਨੂੰ ਇਹ ਪ੍ਰੂਫ ਵੀ ਕਰਕੇ ਦਿਖਾਵਾਂਗੇ। ਚਲੋ ਵਲੌਗ ਸਟਾਰਟ ਕਰਦੇ ਹਾਂ। ਇੱਕ ਤਾਂ ਆਲਾ ਪਰਾ, ਪਰਾ ਕਹਿੰਦੇ ਆ ਸਾਡੇ ਉਰੇ, ਅਤੇ ਪੰਜ ਤਾਵਾ। ਇੱਕ ਇਹਦੇ ਵਿੱਚ ਤੜਾਮ ਪਈ ਹੋਈ ਆ, ਪਿਛਲੇ ਵਲੌਗ ਦੇ ਵਿੱਚ ਉਡਾਇਆ ਸੀ। ਹੋਰ ਆਪਣੇ ਕੋਲ ਨੇ ਆਹ ਕੁਛ ਪਰੇ, ਪਾਕਿਸਤਾਨੀ ਡਿਜ਼ਾਇਨ ਦੇ ਵਿੱਚ ਕੁਛ ਛੱਜ ਨੇ, ਵੈਨਮ ਲਿਖਿਆ ਹੋਇਆ ਕੁਛ। ਆਹ ਮਤਲਬ ਕਿ ਆਪਣੇ ਕੋਲ ਅੱਜ ਪਤੰਗ ਨੇ ਜੋ ਕਿ ਅੱਜ ਵਾਲੇ ਵਲੌਗ ਦੇ ਵਿੱਚ ਉਡਾਵਾਂਗੇ। ਵਲੌਗ ਬਹੁਤ ਘੈਂਟ ਹੋਣ ਵਾਲਾ, ਡਿਜ਼ਾਇਨ ਤੋਂ ਡਿਜ਼ਾਇਨ ਚੈੱਕ ਕਰੋ। ਆਪਣਾ ਨਾ ਜਿਹੜਾ ਅੰਮ੍ਰਿਤਸਰ ਤੋਂ ਸਟੈਸ਼ ਲੈ ਕੇ ਆਏ ਸੀ ਉਹ ਤੁਹਾਨੂੰ ਦਿਖਾਉਣ ਵਾਲਾ ਪਿਆ, ਉਹ ਵਾਲਾ ਵਲੌਗ ਵੀ ਜਲਦੀ ਆਓ। ਤਾਂ ਤੁਹਾਡਾ ਕੰਮ ਕੁਛ ਨਹੀਂ, ਬਸ ਵਲੌਗ ਨੂੰ ਲਾਈਕ ਕਰੋ, ਅਸੀਂ ਤੁਹਾਡੇ ਲਈ ਵਧੀਆ ਵਧੀਆ ਵਲੌਗ ਲੈ ਕੇ ਆਉਂਦੇ ਰਹਾਂਗੇ। ਲਓ ਬਾਈ ਖਿੱਚਾਂ 'ਚ ਹੀ ਲਾਉਣੇ ਆ ਸਾਰੇ, ਵਿੱਚ ਡੋਰੇ ਖਿੱਚਾਂ 'ਚ ਹੀ ਆ ਬਾਈ। ਆਹ ਦੇਖੋ ਕੋਈ ਚਿੜਕ ਨਹੀਂ, ਆਹੀ ਡੋਰ 'ਚ ਡੋਰ ਨਿਕਲਦੀ ਆ, ਖਿੱਚਾਂ ਵਾਲੀ ਡੋਰ ਆ ਪੂਰੀ ਇਹ। ਵਿੱਚ ਆਪਾਂ ਖਿੱਚਾਂ 'ਚ ਹੀ ਲਾਉਣੇ ਆ। ਹੈਗਾ ਖਿੱਚਣ ਵਾਲਾ ਪਤੰਗ? ਮੌਸਮ ਤਾਂ ਵਧੀਆ ਹੋਇਆ ਹੋਇਆ, ਹਵਾ ਮਾੜੀ ਮੋਟੀ ਹੋਰ ਹੁੰਦੀ ਨਾ ਠੀਕ ਸੀ ਕੰਮ। ਤੁਲਨਾ ਲਾਉਂਦੇ ਆ, ਉਹ ਉਧਰ ਲਾ ਤੁਲਦਾ, ਆ ਇਧਰੋਂ ਉਡਾਉਂਦਾ ਪਿਆ, ਸਰ ਚ ਨੀ ਲਾਉਣਾ ਆਪਾਂ, ਜਿਵੇਂ ਮਰਜ਼ੀ ਆ ਖਿੱਚਣਾ। ਉਹ ਦੇਖ ਉਹਨੂੰ ਸੁਣ ਗਿਆ ਨਾ, ਇਹ ਨੀ ਹੁਣ ਖਿੱਚਣ ਨੀ ਦੇਣਾ ਇਹਨੇ। ਯੂਟਿਊਬ ਤਾਂ ਸਿੱਖੀ ਫਿਰਦਾ ਉਹ, ਚੱਕ ਖਿੱਚਦਾ ਉਹ। ਚੱਲ 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 ਜਾਂਦੇ 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 ਜਾਂ ਓਏ ਬਚ ਗਿਆ। ਚੱਲ 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 ਜਾਣਾ ਹੀ ਨਹੀਂ ਆਉਂਦਾ। ਵੰਦ ਮੋਟਰਾਈ ਚ ਫਸਾ ਲੈਣਾ ਇਹਨੇ ਦੇਖੀ। ਆਹੀ ਗੱਲ ਆ, ਡਰਦੇ ਬਾਹਲੇ ਨੇ ਲੋਕੀ। ਉਹ ਸੁਲਤਾਨ ਆ ਨਾ ਫਿਰ ਆਪਣੇ ਕੋਲ, ਉਹਨੂੰ ਪਤਾ ਵੀ ਆਪਣੇ ਕੋਲ ਸੁਲਤਾਨ। ਚੱਲ ਮੌਕਾ ਜਿਹਾ ਲੱਭ ਗਿਆ। ਚੱਲ ਓਏ ਖਿੱਚ ਪੂਰੀ ਖਤਰਨਾਕ ਲੱਗੀ ਸੀ, ਇੰਨੀ ਤੜਾਮ ਕੋਲੋਂ ਨਹੀਂ ਖਿੱਚੀ ਦਾ ਹੁੰਦਾ ਆਪਣਾ ਜਾਣਾ ਸੀ। ਉਹ ਦੇਖੋ ਆ ਗਿਆ 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 ਓਏ ਹਾਏ ਆ ਕੀ ਹੋ ਰਿਹਾ। ਚੱਲ 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 ਓਏ ਯਾਰ ਕੀ ਆ ਓਏ ਯਾਰ ਹੋ ਰਿਹਾ ਲਾ ਲਿਆ ਲੈ ਲੱਗ ਗਿਆ ਓਏ ਆਪਣਾ ਜਾਉ ਚੱਲ ਓਏ ਚੱਲ ਓਏ। ਤੁਹਾਨੂੰ ਇੱਕ ਵਾਰ ਡੋਰ ਦੀ ਕੁਆਲਿਟੀ ਚੈੱਕ ਕਰਾਵਾਂ ਉੱਡਦੀ ਹੋਈ ਦੀ। ਆਹ ਦੇਖੋ ਉਰੋ ਜਾ ਰਹੀ ਆ, ਸਾਫ਼ ਦਿਖ ਰਹੀ ਆ, ਫੜੀ ਇੱਕ ਵਾਰ ਹੱਥ ਲਾ ਕੇ ਦੇਖੋ, ਪੂਰੀ ਤਿੱਖੀ ਪਈ ਆ, ਪੂਰੀ ਤਿੱਖੀ ਕੋਈ ਕਮੀ ਨਹੀਂ, ਅਤੇ ਨਾਲੇ ਡਰਾਈ ਪਈ ਆ ਡੋਰ ਨਾ ਸੁੱਕੀ ਗਈ। ਹਾਂ ਦੇਖੋ ਕਿੰਨਾ ਵਧੀਆ ਰੰਗ ਜਿਹਾ, ਵੀ ਐਂ ਨਹੀਂ ਹੈਗਾ ਵੀ ਉਹ ਕੱਚਾ ਜਿਹਾ ਰੰਗ ਚੜਿਆ ਹੋਇਆ, ਰੰਗ ਵੀ ਵਧੀਆ ਲਾਇਆ ਹੋਇਆ। ਦੇਖਦੇ ਹਾਂ ਹੁਣ ਇੱਕ ਹੋਰ ਡਾਊਨ ਲੱਗੇ ਨੇ, ਆਪਣਾ ਤਾਂ ਉੱਥੇ ਹੀ ਲੱਗਿਆ ਹੋਇਆ। ਮੌਸਮ ਬੜਾ ਵਧੀਆ ਹੋਇਆ ਅੱਜ। ਲੈ ਬਈ ਐਤਕੀ ਦੇਖਦੇ ਹਾਂ ਕੀ ਬਣਦਾ, ਡੋਰ ਖਿੱਚਣ ਵਾਲੀ ਆ, ਜੇ ਆਪਾਂ ਸੜ ਦੇਵਾਂਗੇ ਫਿਰ ਤਾਂ ਆਪਣਾ ਜਾਊ।
ਉਹ ਫਿਰ ਅਗਲਾ ਕਿਉਂ ਖਿੱਚਣ ਦਊ ਤੈਨੂੰ ਆਰਾਮ ਨਾਲ ਇਹਦਾ ਫਿਰ ਉੱਲ ਪੈ ਗਿਆ ਹਨਾ ਪਾ ਲਿਆ ਉਹਨੇ ਘੁਮਾ ਕੇ ਜੇ ਖਿੱਚਣਾ ਮੜਕ ਹਾਂ ਹੁਣ ਖਿੱਚਦੇ ਹੀ ਲੈ ਕੇ ਨਾ ਹੁਣ ਨਾ ਖਿੱਚੀ ਖੁਸ਼ੀ ਹੁਣ ਚੱਲ ਇੱਥੋਂ ਹੀ ਟੁੱਟ ਗਿਆ ਵਡਾ ਲਿਆ ਉਹ ਸਾਲਾ ਇੱਥੋਂ ਟੁੱਟਿਆ ਆਹ ਲੈ ਲੈ ਡੋਰ ਧਵਰੇ ਫਿਰਦੀ ਆ ਇੱਥੋਂ ਕਿਵੇਂ ਟੁੱਟ ਗਿਆ ਓਏ ਡੋਰ ਧਵਰੇ ਫਿਰਦੀ ਆ ਅੱਛਾ ਖਿੱਚਣ ਲੱਗੇ ਓਏ ਹੋਏ ਖਿੱਚਣ ਲੱਗੇ ਟੁੱਟ ਗਿਆ ਡੋਰ ਲਿਫਟੀ ਹੋਈ ਫਟ ਗਿਆ ਇਹ ਪਿਛਲੇ ਬਲੋਗ ਚ ਵੀ ਅਸੀਂ ਉਡਾਇਆ ਸੀ ਬਹੁਤ ਦੂਰ ਲਾ ਲਿਆ ਸੀ ਘੁੰਮਿਆ ਨੀ ਸੀ ਫਿਰ ਉਹਦੇ ਕਰਕੇ ਵਾਪਸ ਲਾ ਲਿਆ ਸੀ ਇਹਦੇ ਟੇਪ ਲਾ ਕੇ ਇਹਨੂੰ ਉਡਾਉਂਦੇ ਹਾਂ ਉਹ ਇੱਕਦਮ ਹਵਾ ਇੰਨੀ ਕਿੱਥੋਂ ਆ ਗਈ ਇਹ ਬਾਅਦ ਜਦੋਂ ਅਸੀਂ ਚਾੜੀ ਦੇ ਆਈ ਹੁੰਦਾ ਇੱਕਦਮ ਕਿੰਨੀ ਆ ਗਈ ਨਾ ਹੁਣ ਜਲਦੀ ਨਹੀਂ ਪਈ ਸੀ ਥੋੜ੍ਹੀ ਦੇਰ ਪਹਿਲਾਂ ਸਿਰਾ ਓਏ ਬਾ ਬਹੁਤਾ ਨਾ ਇਹਨੂੰ ਵਧਾਈ ਨਹੀਂ ਫਿਰ ਘੁੰਮਦਾ ਨਹੀਂ ਹੁੰਦਾ ਇਹ ਅਸਮਾਨ ਜਿਹਾ ਅੱਜ ਬੜਾ ਵਧੀਆ ਲੱਗ ਰਿਹਾ ਨੀਲਾ ਜਿਹਾ ਨਾ ਚੱਲ ਆਪਾਂ ਉਹਦੇ ਨਾਲ ਲਾਉਂਦੇ ਹਾਂ ਵਧਾ ਲਾ ਇਹਨੂੰ ਉਹ ਵੱਢਣਾ ਪੈਣਾ ਬਾਈ ਜਿਹੜਾ ਆਪਣਾ ਟੁੱਟ ਗਿਆ ਸੀ ਨਾ ਉਹ ਮਤਲਬ ਕਿਤੇ ਪੈਪ ਪੂਪ 'ਚ ਫਸ ਗਿਆ ਉਹ ਦੇਖੋ ਉੱਥੇ ਦਿਖ ਰਿਹਾ ਉਹ ਪੈਪ 'ਚ ਫਸਿਆ ਉੱਥੇ ਫਸਿਆ ਹੋਇਆ ਹੁਣ ਆਪਾਂ ਨੂੰ ਉਹ ਵੱਢਣਾ ਪੈਣਾ ਸਿੱਧਾ ਹੀ ਖਿੱਚਦਾ ਲੈ ਕੇ ਜਾਈ ਓਏ ਸਿੱਧਾ ਟੇਢਾ ਨਹੀਂ ਬਾਈ ਸਿੱਧਾ ਮੈਂ ਕੀ ਕਿਹਾ ਤੈਨੂੰ ਜਮੀ ਨਹੀਂ ਆਉਂਦੇ ਯਾਰ ਪੇਚੇ ਲਾਉਣੇ ਚੱਲ ਓਏ ਪੇਚਾ ਲਾਉਣਾ ਨਹੀਂ ਆਉਂਦਾ ਇਹਨੂੰ ਮੈਂ ਲਾਉਂਦਾ ਮੈਂ ਪਾਉਂਦਾ ਤੜਾ ਇਹ ਚ ਪਾਉਂਦੇ ਆ ਅੱਛਾ ਪਤੰਗ ਦਾ ਤਾਂ ਪਤਾ ਨਹੀਂ ਡੋਰ ਬੜੀ ਦੇਖੀ ਜੇ ਆਪਾਂ ਨੂੰ ਆਪਣੇ ਰਾਵਣ ਵਰਗਾ ਕਿਉਂ ਲੱਗਦਾ ਹੈ ਓਏ ਆਪਾਂ ਨੂੰ ਆਪਣੇ ਰਾਵਣ ਵਰਗਾ ਕਿਉਂ ਲੱਗਦਾ ਉਹਦੇ ਵੀ ਏਦਾਂ ਦੀ ਚਮਕ ਛੱਲੋ ਹੁਣ ਇਹਨੇ ਦੇਖੀ ਹੁਣ ਜਾਂ ਤਾਂ ਇਹਨੇ ਵੱਢ ਦੇਣਾ ਫਿਰ ਡਾਰੀ ਮਾਰੂ ਕੀ ਕਰ ਲਿਆ ਨਹੀਂ ਗੱਲ ਪਤਾ ਕੀ ਆ ਓਏ ਗੱਲ ਪਤਾ ਕੀ ਆ ਇਹ ਕਹਿੰਦੇ ਸਾਨੂੰ ਪੇਚਾ ਲਾਉਣ ਦੇ ਤੜਾਮ ਪਾਈ ਹੋਈ ਆ ਉਹ ਕਹਿੰਦਾ ਯਾਰ ਸਾਨੂੰ ਪੇਚਾ ਲਾਉਣ ਦੇ ਮੇਰੇ ਵਾਲਾ ਜਦੋਂ ਵੀ ਟੁੱਟਿਆ ਬਾਈ ਗੱਠ ਕੋਲ ਟੁੱਟਿਆ ਸਾਰ ਦਿੱਤੀ ਗਈ ਸੋਚਦਾ ਅਜੇ ਉਹ ਤਾਰਦਾ ਹੋਊ ਉਹ ਕੋਈ ਹੁਣ ਉਹ ਕੋਈ ਤਾਰਨ ਲੱਗ ਗਿਆ ਹੋਇਆ ਉਹਨੂੰ ਲੈ ਲੈ ਆ ਬੈਠੇ ਨੇ ਦੇਖੀ ਉਈ ਨਹੀਂ ਸਾਡੀਆਂ ਗੱਠਾਂ ਤੇ ਟੁੱਟੇ ਆਪ ਇਹਨਾਂ ਨੂੰ ਪੇਚੇ ਲਾਉਣੇ ਆਉਂਦੇ ਨੀ ਆਪ ਇਹਨਾਂ ਨੂੰ ਪੇਚੇ ਨੀ ਲਾਉਣੇ ਆਉਂਦੇ ਖਿੱਚ ਨੀ ਲੱਗਦੀ ਲੈ ਇਹਨੂੰ ਛੋਟਾ ਵੀ ਦੇ ਰਹੇ ਯਾਰ ਉਹ ਦੇਖ ਲੈ ਚਾਰ ਇਹਨੂੰ ਲੈ ਕੇ ਜਾ ਮੈਂ ਚੜੂ ਇਹ ਹੁਣ ਬਹੁਤ ਹੋ ਗਏ ਤੇਰੇ ਤਿੰਨ ਪੇਚੇ ਬਣਾ ਲੇ ਦੇਖ ਲੈਨੇ ਆ ਕੀ ਕਰਦਾ ਏ ਅੰਦਰੂਨੀ ਤਾਕਤ ਪਾੜ ਲਿਆ ਇੱਧਰ ਘੁੰਮੀ ਇਹਨੇ ਕੀਤਾ ਨਾ ਜੈਮਣੀ ਪਤੰਗ ਜੀ ਜੈਮਣੀ ਸਿੱਧਾ ਹੀ ਲੈ ਕੇ ਜਾਈ ਟੇਢਾ ਨੀ ਸਿੱਧਾ ਆ ਕੀ ਆ
ਓਏ ਵੱਡਿਆ ਨਹੀਂ ਗਿਆ ਟੁੱਟ ਗਿਆ ਡੋਰ ਦੀ ਬਸ ਇੱਕੋ ਹੀ ਕਮੀ ਆ ਹੋਰ ਕੋਈ ਕਮੀ ਨਹੀਂ ਜਦੋਂ ਨਾ ਇਹਦੇ ਕੇਸੇ ਪੈ ਜਾਂਦੇ ਟੁੱਟ ਜਾਂਦੀ ਹੈ ਧਾਗੇ ਵਾਲੀ ਸਾਡੇ ਤਿੰਨ ਪਤੰਗ ਟੁੱਟ ਗਏ ਸਾਡੇ ਬਟ ਕੋਈ ਨਹੀਂ ਚੜਾਵਾਂਗੇ ਇਹਦੇ ਨਾਲ ਹੀ ਯਾਰ ਹੈਵੀ ਨਾਲ ਚੜਨੇ ਨਹੀਂ ਇਹ ਹੱਥੋਂ ਖਿੱਚੇਗਾ ਹੱਥੋਂ ਲੈ ਜਾ ਲੈ ਜਾ ਬਸ ਖਿੱਚ ਦੇ ਜਾ ਉਹ ਪਾੜਤਾ ਪਤੰਗ ਗਿਆ ਤਾਂ ਵੀ ਨਹੀਂ ਆਪਣਾ ਆਪਣਾ ਹੀ ਗਿਆ ਐਂਡ 'ਚ ਚਲੋ ਬਈ ਅੱਜ ਦਾ ਵਲੋਗ ਆਪਾਂ ਉਰੇ ਐਂਡ ਕਰਦੇ ਹਾਂ ਹਵਾ ਵੀ ਅੱਜ ਠੀਕ ਠਾਕ ਚੱਲਦੀ ਪਈ ਹੈ ਜਿੰਨਾ ਕੁ ਸ਼ੂਟ ਹੋਇਆ ਤੁਹਾਡੇ ਲਈ ਸ਼ੂਟ ਕੀਤਾ ਆਈ ਹੋਪ ਤੁਹਾਨੂੰ ਇਹ ਵਲੋਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਇਹਨੂੰ ਲਾਈਕ ਸ਼ੇਅਰ ਕਰਿਓ ਇੱਦਾਂ ਹੀ ਤੁਹਾਡੇ ਲਈ ਹੋਰ ਘੈਂਟ ਘੈਂਟ ਵਲੋਗ ਲੈ ਕੇ ਆਉਂਦੇ ਰਹਾਂਗੇ ਮਸਤ ਲਾਈਕ ਦਾ ਵਲੋਗ